ਹੋਰ ਜੇ ਮੰਗਣਾ ਹਾਂ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਰਾਖੀ ਮੇਰੀ ਆਨੰਦਗੁਣ ਨਿਧਾਨ ਗੁਰੂ ਗਰੀਬ ਨਿਵਾਜਿਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਗੋ ਪਾਪੀਆਂ ਨੂੰ ਪੁੱਤਾਂ ਵਾਂਗੂ ਨੇ ਪਿਆਰ ਦੇ ਅਟਲ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਰਹੀ ਸਮੁੱਚੀ ਸਾਧ ਸੰਗਤ ਬੜਭਾਗੇ ਆ ਜੋ ਮਹਾਨ ਸਤਿਗੁਰਾਂ ਦੇ ਮਹਾਨ ਚਰਨਾਂ ਵਿੱਚ ਮਹਾਨ ਸਥਾਨ ਤੇ ਪਹੁੰਚ ਕੇ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਤਿਲ ਫੁੱਲ ਅਰਪਣ ਕਰਕੇ ਸੀਸ ਝੁਕਾ ਕੇ ਨਤਮਸਤਕ ਹੋ ਕੇ ਅਕਾਲ ਪੁਰਖ ਪਰਮਾਤਮਾ ਵੱਲੋਂ ਮਿਲੇ ਹੋਏ ਇਸ ਸਮੇਂ ਨੂੰ ਇਹਨਾਂ ਘੜੀਆਂ ਇਹਨਾਂ ਪਲਾਂ ਛੇਨਾ ਜੀਵਨ ਤਨ ਮਨ ਅਤੇ ਧਨ ਨੂੰ ਸਫਲ ਬਣਾ ਰਹੇ ਹਾਂ ਵੱਡਭਾਗੇ ਹਾਂ। ਵੱਡਿਆਂ ਭਾਗਾਂ ਤੋਂ ਬਿਨਾਂ ਇੱਥੇ ਆਉਣਾ ਨਸੀਬ ਹੁੰਦਾ ਵੀ ਨਹੀਂ। ਬਾਣੀ 'ਚ ਸਾਫ਼ ਸਾਫ਼ ਲਿਖਿਆ ਵੱਡਭਾਗੀ ਹਰ ਸੰਗਤ ਪਾਵੈ, ਇਹ ਸਤਿਸੰਗ ਦੀ ਪ੍ਰਾਪਤੀ ਵੱਡਿਆਂ ਭਾਗਾਂ ਨਾਲ ਤੇ ਵੱਡਿਆਂ ਭਾਗਾਂ ਵਾਲਿਆਂ ਨੂੰ ਹੁੰਦੀ ਹੈ। ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀ। ਕਿਹੜੀ ਮੈਲ? ਕਈ ਤਰ੍ਹਾਂ ਦੀ ਆ ਨਾ, ਇੱਕ ਤਾਂ ਸਾਡੇ ਆ ਕੱਪੜਿਆਂ ਨੂੰ ਵਸਤਰਾਂ ਨੂੰ ਲੱਗ ਜਾਂਦੀ ਆ, ਇਹਦੇ ਲਈ ਸਰਫ ਸਾਬਣ ਸੋਡਾ ਬਣਿਆ ਹੋਇਆ। ਬਾਣੀ ਵੀ ਕਹਿੰਦੀ ਆ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਆ, ਉਹ ਤੋਂ ਸਾਬਣ ਨਾ ਧੋ ਲਓ ਕੱਪੜੇ ਨੇ ਚਮਕ ਜਾਣਾ। ਇੱਕ ਮੈਲ ਘਰਾਂ ਨੂੰ ਮਸ਼ੀਨਰੀ ਨੂੰ ਲੱਗਦੀ ਆ,
ਉਹਦੇ ਲਈ ਕੈਮੀਕਲ ਬਣੇ ਹੋਏ ਨੇ। ਦੀਵਾਲੀ ਲੰਘ ਕੇ ਹਟੀਆਂ ਨਾ ਸਾਰੇ ਹੀ ਰੰਗ ਰੋਗਨ ਕਰਦੇ ਆ, ਉਹ ਵੀ ਇੱਕ ਮੈਲ ਹੈ ਜਿਹੜੀ ਮੈਲ ਦੀ ਗੱਲ ਬਾਣੀ ਨੇ ਕੀਤੀ ਆ। ਇਹ ਮੈਲ ਸਾਡੀ ਅਕਲ ਨੂੰ ਲੱਗਦੀ ਆ, ਮਤ ਨੂੰ, ਹਿਰਦਿਆਂ ਨੂੰ, ਆਤਮਾ ਨੂੰ। ਅੱਜ ਕੱਲ ਪਰਸੋਂ ਥੋੜੀ ਲੱਗੀ ਆ, ਲੱਗੀ ਕਦੋਂ ਆ? ਬਾਣੀ ਨੂੰ ਪੁੱਛ ਲੈਂਦੇ ਆ, ਬਾਣੀ ਤਾਂ ਕਹਿੰਦੀ ਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ। ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਆ। ਮੈਲ ਹੈ ਕਿਹੜੀ? ਆਹੀ ਕਿਸੇ ਦੀ ਚੁਗਲੀ ਕਰ ਲਈ, ਨਿੰਦਿਆ, ਈਰਖਾ, ਵਕੀਲੀ, ਆ ਉਹ ਬੰਦਾ ਕੌਣ ਹੈ, ਕੀ ਕਰ ਰਿਹਾ, ਕਿਉਂ ਕਰ ਰਿਹਾ, ਕਿਹਦੇ ਲਈ ਕਰ ਰਿਹਾ, ਵਗੈਰਾ ਵਗੈਰਾ, ਇਹ ਮੈਲ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ। ਸਿਆ ਮਤਲਬ ਸ਼ਾਹ ਕਾਲਾ ਹੋਇਆ ਪਿਆ, ਐਂ ਹੋਇਆ ਪਿਆ ਜਿਵੇਂ ਬਾਣੀ ਕਹਿੰਦੀ ਆ ਖੰਨਲੀ ਧੋਤੀ ਉਜਲੀ ਨਾ ਹੋ ਬਈ ਜੇ ਸੋ ਧੋਵਣ ਪਾਹੋ। ਖੰਨਲੀ ਪੁਰਾਣੇ ਬਜ਼ੁਰਗ ਸਾਹਿਬਾਨ ਜਾਣਦੇ ਨੇ, ਹੁਣ ਤਾਂ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਖਤਮ ਕਰ ਦਿੱਤੇ ਅਸੀਂ ਜਾਣ ਬੁੱਝ ਕੇ। ਖੰਨਲੀ ਬਾਣੀ ਨੇ ਲੀਰ ਦੇ ਟੋਟੇ ਨੂੰ ਆਖਿਆ, ਜਿਹੜੀ ਮਸ਼ੀਨਾਂ ਦੀ ਪੁਰਾਣੇ ਸਮੇਂ ਜਦੋਂ ਤੇਲੀ ਭਰਾ ਕੋਹਲੂਆਂ ਦੇ ਰਾਹੀਂ ਬੀਜਾਂ ਨੂੰ ਪੀੜ ਕੇ ਤੇਲ ਕੱਢਿਆ ਕਰਦੇ ਸੀ ਮਸ਼ੀਨਾਂ ਦੀ, ਕੋਹਲੂਆਂ ਦੀ ਸਾਫ਼ ਸਫਾਈ ਲਈ, ਉਹਨਾਂ ਕੋਲ ਇੱਕ ਲੀਰ ਰੱਖੀ ਹੁੰਦੀ ਸੀ ਜਿਹਨੂੰ ਬਾਣੀ ਨੇ ਖੰਨਲੀ ਕਿਹਾ। ਬਾਣੀ ਕਹਿੰਦੀ ਉਹ ਜਿਹੜੀ ਲੀਰ ਆ ਨਾ ਮਸ਼ੀਨਾਂ ਦੀ ਸਾਫ਼ ਸਫਾਈ ਕਰਦੀ ਕਰਦੀ ਇੰਨੀ ਮੈਲੀ ਹੋ ਜਾਂਦੀ, ਉਹਨੂੰ ਇੱਕ ਨਹੀਂ ਸੈਂਕੜੇ ਧੂੰਆਂ ਪਾ ਕੇ ਧੋ ਲਓ, ਉਹਦੀ ਮੈਲ ਨਹੀਂ ਸੀ ਜਾਂਦੀ। ਬਸ ਕਿਤੇ ਨਾ ਕਿਤੇ ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ। ਪਰ ਜਿੱਥੇ ਬਾਣੀ 'ਚ ਜਗ੍ਹਾ ਜਗ੍ਹਾ ਸਵਾਲ ਦਰਜ ਨੇ, ਉੱਤਰ ਵੀ ਬਾਹਰੋਂ ਲੱਭਣ ਦੀ ਲੋੜ ਨਹੀਂ, ਨਾਲੇ ਨਾਲ ਮਿਲ ਜਾਂਦਾ ਰਹਿੰਦਾ। ਬਾਣੀ ਕਹਿੰਦੀ ਆ ਕੋਈ ਨਾ, ਇਹ ਮੈਲਾਂ ਦਾ ਕਿਆ ਲੱਗਦੀਆਂ ਰਹਿੰਦੀਆਂ, ਉੱਤਰਦੀਆਂ ਰਹਿੰਦੀਆਂ। ਪਰ ਆਪਣੇ ਸਿੱਖ ਨੂੰ ਜਾਂ ਕਿਸੇ ਨੂੰ ਵੀ ਹਰ ਇੱਕ ਪ੍ਰਕਾਰ ਦੀਆਂ ਮੈਲਾਂ ਉਤਾਰਨ ਦਾ ਸੌਖਾ ਜਿਹਾ ਤਰੀਕਾ ਮਹਾਰਾਜ ਨੇ ਦੱਸ ਦਿੱਤਾ। ਕਿਹੜਾ? ਜਨਮ ਜਨਮ ਕੀ ਹਉਮੈ ਮਲ ਲੱਗੀ, ਜਨਮਾਂ ਜਨਮਾਂ ਦੀ ਹਉਮੈ ਹੰਕਾਰ ਦੀ, ਵਿਸ਼ਿਆਂ ਵਿਕਾਰਾਂ ਦੀ ਮੈਲ ਲੱਗੀ, ਫਿਰ ਕਿਆ ਹੋਇਆ? ਇਹ ਸਵਾਲ ਹੈ, ਹੁਣ ਉਤਰੇਗੀ ਕਿਵੇਂ? ਜਨਮ ਜਨਮ ਕੀ ਹਉਮੈ ਮਲ ਲੱਗੀ, ਮਿਲ ਸੰਗਤ ਮਲ ਲੈ ਜਾਵੇਗਾ। ਜਦੋਂ ਗੁਰੂ ਦਾ ਸਿੱਖ ਗੁਰੂ ਮਹਾਰਾਜ ਜੀ ਦੀ ਜੁੜੀ ਹੋਈ ਸੰਗਤ ਵਿੱਚ ਹਾਜ਼ਰ ਹੋ ਜਾਵੇਗਾ, ਹਰ ਇੱਕ ਪ੍ਰਕਾਰ ਦੀ ਮੈਲ ਦੂਰ ਹੋ ਜਾਵੇਗੀ। ਭਲਾ ਉਹ ਕਿਵੇਂ? ਇਹ ਵੀ ਬਾਣੀ 'ਚ ਲਿਖਿਆ ਏ, ਗੁਣ ਗਾਵਤ ਮਨ ਹਰਿਆ ਹੋਵੇ। ਗੁਰੂ ਮਹਾਰਾਜ ਜੀ ਦੇ ਗੁਣ ਗਾਉਣ ਤੇ ਸੁਣਨ ਨਾਲ ਸਾਡਾ ਮਨ ਇਉਂ ਖਿੜ ਪੈਂਦਾ ਜਿਵੇਂ ਮੁਰਝਾਏ ਹੋਏ ਬੂਟੇ ਦੀਆਂ ਜੜ੍ਹਾਂ ਨੂੰ ਪਾਣੀ ਮਿਲਣ ਤੇ ਥੋੜ੍ਹੇ ਜਿਹੇ ਸਮੇਂ ਬਾਅਦ ਉਹ ਖਿੜ ਪੈਂਦਾ। ਬਾਣੀ ਕਹਿੰਦੀ ਆ ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਕਥਾ ਕਥਾ ਕੀ ਹੁੰਦੀ? ਆਪਣੇ ਗੁਰੂ ਦੀ, ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਵਿਚਾਰ ਕਰ ਲੈਣੀ, ਇਹਨੂੰ ਕਹਿੰਦੇ ਆ ਕਥਾ। ਆਓ ਪਹਿਲਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਨਾਮ ਨਾਲ, ਵਾਹਿਗੁਰੂ ਨਾਮ ਨਾਲ ਇਸ ਮੈਲ ਨੂੰ ਕਰੀਏ ਦੂਰ, ਹਿਰਦਿਆਂ ਦੀ ਕਰੀਏ ਸਫਾਈ, ਦੋ ਵਾਰ ਜਪੀਏ ਵਾਹਿਗੁਰੂ, ਸੁਣੀਏ ਵਾਹਿਗੁਰੂ। ਕਿਉਂਕਿ ਵਾਹਿਗੁਰੂ ਨਾਮ ਹੈ ਉਸ ਪਰਮਾਤਮਾ ਦਾ ਦੁੱਖਾਂ ਸੁੱਖਾਂ ਵਿੱਚ ਜਿਹੜਾ ਸਹਾਈ ਹੋਵੇ। ਵਾਹਿਗੁਰੂ ਨਾਮ ਹੈ ਉਸ ਪਰਮਾਤਮਾ ਦਾ ਦੁੱਖਾਂ ਸੁੱਖਾਂ ਵਿੱਚ ਜਿਹੜਾ ਸਹਾਈ ਹੋਵੇ। ਵਾਹਿਗੁਰੂ ਨਾਮ ਵਿੱਚ ਰਿੱਧੀਆਂ ਸਿੱਧੀਆਂ ਨੇ, ਪਰ ਕਿਤੇ ਦਿਲੋਂ ਪ੍ਰੀਤ ਜੇ ਪਾਈ ਹੋਵੇ। ਵਾਹਿਗੁਰੂ ਕਹਿਣ ਦਾ ਨਹੀਂ ਉਹ ਨੁਕਸਾਨ ਕੋਈ ਵੀ, ਵਾਹ ਆ ਮੈਲੇ ਹਿਰਦੇ ਦੀ ਸਗੋਂ ਸਫਾਈ ਹੋਵੇ। ਆਲਮ ਗੁਰੂ ਸਾਹਿਬ ਦਾ ਉਸ ਵੱਲ ਮੁੱਖ ਹੁੰਦਾ ਜਿਹਨੇ ਗੱਜ ਕੇ ਫਤਿਹ ਬੁਲਾਈ ਹੋਵੇ। ਸਾਰੀ ਸੰਗਤ ਦਿਓ ਪਿਆਰ ਦਾ ਸਬੂਤ, ਗੱਜ ਵੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕੁਰਬਾਣੀ ਤਿਨਾ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਕਹਿੰਦੇ ਉਹਨਾਂ ਦੇ ਕੁਰਬਾਨ ਜਾਈਏ ਜਿਹੜੇ ਗੁਰੂ ਦੀ ਸੰਗਤ ਵਿੱਚ ਜਾ ਕੇ ਜੁੜਦੇ ਆ, ਜਿਵੇਂ ਆਪ ਜੀ ਜੁੜੇ ਹੋਏ ਹੋ। ਫਿਰ ਲਿਖਦੇ ਨੇ, ਕੁਰਬਾਣੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਕਹਿੰਦੇ ਉਹਨਾਂ ਦੇ ਵੀ ਕੁਰਬਾਨ ਜਾਈਏ, ਗੁਰਪੁਰਬ ਮਤਲਬ ਜਿਹੜੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਰੱਖਦੇ ਨੇ, ਉਹਨਾਂ ਦੇ ਦਿਨ ਮਨਾਉਂਦੇ ਨੇ। ਹਰੇਕ ਸਾਲ ਦੀ ਤਰ੍ਹਾਂ ਅੱਜ ਨਗਰ ਕੰਘਰਾਲੀ ਦੇ ਵਿੱਚ 96ਵਾਂ ਜਿਹੜਾ ਪ੍ਰੋਗਰਾਮ ਆ, ਬੜੇ ਵੱਡੇ ਪੱਧਰ ਤੇ ਹਰੇਕ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ, ਜਿੱਥੇ ਨਗਰ ਕੀਰਤਨ ਵੀ ਕੱਢੇ ਜਾਂਦੇ ਨੇ, ਦਿਨ ਰਾਤ ਦੋ ਦਿਨ ਦੋ ਰਾਤਾਂ ਦੀਵਾਨ ਵੀ ਸਾਜਦੇ ਨੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।
ਜਿਹੜੀਆਂ ਬਿਨਾਂ ਕਹੇ ਬਿਨਾਂ ਸੱਦੇ ਤੇ ਮਹਾਰਾਜ ਜੀ ਦੀ ਜੂਰੀ ਵਿੱਚ ਆਉਂਦੀਆਂ ਨੇ ਤੇ ਆਉਣੀਆਂ ਵੀ ਚਾਹੀਦੀਆਂ। ਆ ਧਿਆਨ ਦਿਓ, ਆਪਾਂ ਮਹਾਰਾਜ ਦੇ ਚਰਨਾਂ ਵਿੱਚ ਆ ਗਏ, ਇੱਕ ਪਲ ਵੀ ਵਿਰਥਾ ਨਹੀਂ ਜਾਂਦਾ। ਮੈਂ ਨਿੱਕੀ ਜਿਹੀ ਝਾਕੀ ਤੁਹਾਡੇ ਸਨਮੁਖ ਰੱਖਾਂ ਬਈ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਦਾ ਫਾਇਦਾ ਕੀ ਆ। ਧਿਆਨ ਦਿਓ, ਜੇ ਚਰਨਾਂ ਚ ਆ ਗਏ ਔਰ ਧਿਆਨ ਨਾਲ ਨਾ ਬੈਠੇ ਫਿਰ ਨੁਕਸਾਨ ਕੀ ਆ? ਗੱਲਾਂ ਦੋ ਨੇ। ਨੁਕਸਾਨ ਤਾਂ ਇਹ ਆ, ਦਸਵੇਂ ਪਾਤਸ਼ਾਹ ਦੇ ਰਾਤ ਨੂੰ ਪਹਿਰੇ ਦੇ ਕੁਝ ਸਿੱਖ ਬੈਠਿਆ ਕਰਦੇ ਸੀ, ਇੱਕ ਦੇ ਨਾਲ ਦੇ ਪਿੰਡ ਤਮਾਸ਼ਾ ਹੋਣ ਲੱਗ ਗਿਆ ਕੱਠ ਪੁਤਲੀਆਂ ਦਾ, ਢੋਲ ਵੱਜਿਆ ਤੇ ਅੱਧੇ ਪਹਿਰੇ ਵਾਲੇ ਸਿੰਘ ਕਹਿੰਦੇ ਵੀ ਚਲੋ ਤਮਾਸ਼ਾ ਹੀ ਦੇਖ ਆਉਂਦੇ ਆ। ਭੱਜ ਕੇ ਕਹਿੰਦੇ ਨਹੀਂ ਨਹੀਂ, ਜਾਣਾ ਨੀ, ਪਹਿਰਾ ਛੱਡ ਕੇ ਜਾਣਾ ਠੀਕ ਨਹੀਂ, ਜੇ ਮਹਾਰਾਜ ਜਾਗ ਪਏ ਕੀ ਉੱਤਰ ਦਿਆਂਗੇ, ਕੀ ਜਵਾਬ ਦਿਆਂਗੇ। ਗੱਲ ਟਲ ਗਈ। ਘੜੀ ਕੁ ਬਾਅਦ ਫੇਰ ਕਹਿੰਦੇ ਚੱਲ ਅੱਧੇ ਕੁ ਜਾ ਆਉਂਦੇ, ਅੱਧੇ ਪਹਿਰੇ ਤੇ ਬਹਿ ਜਾਓ। ਅੱਧੇ ਚਲੇ ਗਏ। ਆ ਧਿਆਨ ਦਿਓ, ਜਦੋਂ ਕੰਮ ਛੱਡ ਕੇ ਆਏ ਗਏ ਫਿਰ ਭੱਜੂ ਭੱਜੂ ਨਹੀਂ ਕਰਨਾ, ਮੇਰਾ ਆਹ ਕੰਮ ਰਹਿੰਦਾ, ਮੈਂ ਉੱਥੇ ਜਾਣਾ, ਮੇਰੇ ਫਲਾਣੇ ਨੇ ਆਉਣਾ, ਕੋਈ ਗੱਲ ਨਹੀਂ, ਸਾਰਾ ਕੁਝ ਓਕੇ ਹੋ ਜਾਣਾ। ਧਿਆਨ ਦਿਓ, ਅੱਧੇ ਸਿੰਘ ਚਲੇ ਗਏ, ਅੱਧੇ ਪਹਿਰੇ ਤੇ ਬੈਠੇ ਰਹੇ। ਹੁਣ ਜਿਹੜੇ ਤਾਂ ਚਲੇ ਗਏ ਪਹਿਰੇ ਤੇ ਤਮਾਸ਼ਾ ਦੇਖਣ ਲੱਗ ਗਏ, ਥੋੜੇ ਜਿਹੇ ਸਮੇਂ ਬਾਅਦ ਮਨ 'ਚ ਖਿਆਲ ਆਇਆ, ਉਹ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗੇ ਵੀ ਗਲਤ ਕਰਕੇ ਆਇਆ, ਜੇ ਮਹਾਰਾਜ ਜਾਗ ਪਏ ਕੱਲ ਨੂੰ ਕੀ ਉੱਤਰ ਦਿਆਂਗੇ, ਮਹਾਰਾਜ ਨੇ ਆਪਣੇ ਤੇ ਭਰੋਸਾ ਕਰਕੇ ਸਾਨੂੰ ਬਾਡੀਗਾਰਡ ਬਣਾਇਆ ਹੋਇਆ, ਸਾਡੀ ਗਲਤ ਗੱਲ ਆ। ਉਹਨਾਂ ਦਾ ਧਿਆਨ ਮਹਾਰਾਜ ਵੱਲੇ ਰਿਹਾ ਤਮਾਸ਼ਾ ਦੇਖਦਿਆਂ ਦਾ, ਤੇ ਜਿਹੜੇ ਬੈਠੇ ਸੀ ਪਹਿਰੇ ਤੇ ਉਹਨਾਂ ਦਾ ਮਨ ਵਿੱਚ ਇਹ ਰਿਹਾ ਵੀ ਮਹਾਰਾਜ ਕਿਹੜੇ ਜਾਗ ਗਏ ਆ, ਭੱਜ ਕੇ ਹੁਣ ਨੂੰ ਤਾਂ ਆਪਾਂ ਵੀ ਜਾ ਆਉਂਦੇ। ਤੜਕਾ ਹੋਇਆ, ਮਹਾਰਾਜ ਨੇ ਸਜਾ ਲਿਆ ਦੀਵਾਨ, ਅੱਗੇ ਕਦੇ ਨੀ ਕਿਹਾ, ਅੱਜ ਪਹਿਲੀ ਵਾਰ ਨਵਾਂ ਸ਼ਬਦ ਬੋਲਿਆ ਸਟੇਜ ਤੇ ਆ ਕੇ, ਕਿਹੜਾ? ਗੈਰ ਹਾਜ਼ਰ, 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 ਗੈਰ ਹਾਜ਼ਰ। ਹੁਣ ਸਮਝ ਕਿਸੇ ਦੀ ਨਾ ਆਵੇ ਵੀ ਮਹਾਰਾਜ ਕਹਿੰਦੇ ਕੀ ਨੇ। ਫੇਰ ਆਖਿਆ ਹਾਜ਼ਰ, ਗੈਰ ਹਾਜ਼ਰ, ਗੈਰ ਹਾਜ਼ਰ, ਹਾਜ਼ਰ। ਜਦ ਨਾ ਸਮਝ ਆਈ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਕਹਿੰਦੇ ਹੋ? ਮਹਾਰਾਜ ਕਹਿੰਦੇ ਭਾਈ ਰਾਤ ਜਿਹੜੇ ਗੈਰ ਹਾਜ਼ਰ ਸੀ ਆ ਜਾਓ ਇੱਧਰ, ਜਿਹੜੇ ਹਾਜ਼ਰ ਸੀ ਉਹ ਵੀ ਆ ਜਾਓ, ਜਿਹੜੇ ਪਹਿਰੇ ਤੇ ਬੈਠੇ ਸੀ ਇਹਦਾ ਮਤਲਬ ਉਹ ਹਾਜ਼ਰ ਨੇ ਨਾ ਜਿਹੜੇ ਰਾਤ ਪਹਿਰੇ ਤੇ ਬੈਠੇ ਸੀ। ਕਹਿੰਦੇ ਮਹਾਰਾਜ ਹਾਜ਼ਰ ਤਾਂ ਅਸੀਂ ਸੀ, ਗੈਰ ਹਾਜ਼ਰ ਉਹ ਸੀ। ਮਹਾਰਾਜ ਕਹਿੰਦੇ ਭਾਈ ਕੰਮ ਉਲਟਾ ਹੋ ਗਿਆ, ਅਸਲ ਵਿੱਚ ਹਾਜ਼ਰੀ ਉਹਨਾਂ ਦੀ ਲੱਗੀ। ਆਖੇ ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਜਿੰਨੀ ਦੇਰ ਉਹ ਪਹਿਰੇ ਦੇ ਬੈਠੇ ਰਹੇ ਧਿਆਨ ਸਾਡੇ ਵੱਲ ਰਿਹਾ, ਤੇ ਜਿੰਨੀ ਦੇਰ ਤੁਸੀਂ ਸਾਡੇ ਪਹਿਰੇ ਦੇ ਬੈਠੇ ਰਹੇ ਤੇ ਤੁਹਾਡਾ ਧਿਆਨ ਤਮਾਸ਼ੇ ਵੱਲ ਲੱਗਾ ਰਿਹਾ, ਤੇ ਇਸ ਕਰਕੇ ਤੁਹਾਡੀ ਗੈਰ ਹਾਜ਼ਰੀ ਲੱਗ ਗਈ। ਸੋ ਕਹਿਣ ਦਾ ਭਾਵ, ਜੇ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਕਿਤੇ ਸਾਡੀ ਵੀ ਗੈਰ ਹਾਜ਼ਰੀ ਨਾ ਲੱਗੇ, ਆਪਾਂ ਲਾਹਾ ਕਿਹੜਾ ਲੈਣਾ ਮਹਾਰਾਜ ਤੋਂ? ਅਸੀਂ ਗਾਥਾ ਤੁਹਾਡੇ ਸਨਮੁਖ ਬਿਲਕੁਲ ਮੇਰਾ ਖਿਆਲ ਆ ਵੀ ਨਵੀਂ ਕਹਿਣੀ ਆ, ਆਪਣੇ ਇਲਾਕੇ ਬਾਰੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਨਾ ਜਿੱਥੇ ਬੈਠੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਆਪਣਾ ਇਲਾਕਾ ਦੋ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ, ਵੈਸੇ ਤਿੰਨ ਦੀ ਆ, ਮੈਂ ਜ਼ਿਕਰ ਥੋੜ੍ਹਾ ਥੋੜ੍ਹਾ ਕਰ ਜਾਣਾ। ਉਹਦੇ ਵਿੱਚ ਆਪ ਜੀ ਸਮਾਧੀਆਂ ਜੋੜ ਕੇ ਬੈਠੋ, ਜਿਹੜੀਆਂ ਸੰਗਤਾਂ ਨੇ ਲੰਗਰ ਪਾਣੀ ਛਕ ਲਿਆ, ਵੱਡੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕ ਲਿਆ, ਉਹ ਬਾਅਦ ਵਿੱਚ ਇੱਧਰ ਉੱਧਰ ਘੁੰਮ ਰਹੇ ਨੇ, ਬੇਨਤੀ ਆ ਵੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਓ। ਆ ਦੋ ਤਿੰਨ ਘੰਟੇ ਨੂੰ ਤਾਂ ਸ਼ਾਮ ਹੋ ਜਾਣੀ ਆ, ਤੇ ਦੀਵਾਨ ਉਹ ਤੋਂ ਬਾਅਦ ਫਿਰ ਰਹਿ ਰਹਿ ਸੋਣੀਆਂ ਰਾਤ ਦੇ ਚੱਲਣਗੇ। ਆਓ ਲਾਹਾ ਲਈਏ, ਫਾਇਦਾ ਕੀ ਆ ਮਹਾਰਾਜ ਦੇ ਚਰਨਾਂ 'ਚ ਬੈਠਣ ਦਾ? ਪੁਰਾਣੇ ਸਮਿਆਂ 'ਚ ਦਰਿਆਵਾਂ ਤੇ ਪੁਲ ਨਹੀਂ ਸੀ ਲੱਗੇ ਹੁੰਦੇ, ਸੰਗਤਾਂ ਨੂੰ ਕਿਸ਼ਤੀਆਂ 'ਚ ਬਹਿ ਕੇ ਮਹਾਰਾਜ ਦੇ ਚਰਨਾਂ 'ਚ ਆਉਣਾ ਪੈਂਦਾ ਸੀ। ਆਪਾਂ ਨੂੰ ਜਿਵੇਂ ਸਤਲੁਜ ਪਾਰ ਕਰਕੇ ਪਰਲਿਆਂ ਨੂੰ ਬਿਆਸਾ ਰਾਵੀ ਜੇ ਬਹੁ ਜਾ ਰਹੇ ਸਾਰੇ, ਜਦੋਂ ਸੰਗਤਾਂ ਨੇ ਨਾ ਕਿਸ਼ਤੀ 'ਚ ਬੈਠ ਕੇ ਆਉਣਾ, ਕਿਸ਼ਤੀ ਚਲਾਉਣ ਵਾਲਾ ਇੱਕ ਮੁਸਲਮਾਨ ਸੀ, ਉਹਦਾ ਨਾਮ ਸੀ ਰੁਕਨਦੀਨ, ਛੋਟਾ ਨਾਮ ਸੈਦਾ। ਆ ਛੋਟੇ ਨਾਮ ਪਤਾ ਕਿਉਂ ਰੱਖੇ ਜਾਂਦੇ ਨੇ? ਕੱਚੇ ਨਾਮ ਇਹ ਟੂਣੇ ਟਾਮਣਾ ਤੋਂ ਡਰਦੇ ਰੱਖੇ ਜਾਂਦੇ ਨੇ, ਇੰਨਾ ਸਮਾਂ ਨਹੀਂ, 10 ਮਿੰਟ ਘੱਟੋ ਘੱਟ ਲੱਗ ਜਾਣਾ ਵੀ ਕਿਉਂ ਛੋਟੇ ਨਾਮ ਰੱਖੇ ਜਾਂਦੇ ਸਨ। ਖੈਰ ਕਹਿੰਦੇ ਨੇ ਉਹ ਰੁਕਨਦੀਨ ਉਰਫ ਸੈਦਾ ਜਦੋਂ ਆਪਣੀ ਬੇੜੀ 'ਚ ਬਿਠਾਲ ਕੇ ਯਾਤਰੀਆਂ ਨੂੰ ਇੱਧਰਲੇ ਪਾਸੇ ਛੱਡਦਾ, ਉਹ ਕੰਨ ਲਾ ਕੇ ਸੁਣਨ ਲੱਗ ਗਿਆ ਵੀ ਇਹ ਲੋਕ ਕੌਣ ਨੇ, ਕਿੱਥੇ ਜਾਂਦੇ ਨੇ, ਕਿਹਦੀਆਂ ਸਿਫਤਾਂ ਕਰਦੇ ਨੇ।
ਫਿਰ ਉਹਨੇ ਪੁੱਛਣਾ ਸ਼ੁਰੂ ਕਰਤਾ ਸੰਗਤਾਂ ਨੂੰ ਵੀ ਤੁਸੀਂ ਕੌਣ ਹੋ, ਕਿੱਥੇ ਜਾਂਦੇ ਹੋ, ਆ ਧਿਆਨ ਦਿਓ ਮਹਾਰਾਜ ਦੇ ਚਰਨਾਂ 'ਚ ਇੱਕ ਪਲ ਵੀ ਬਿਤਾਉਣ ਦਾ ਫਾਇਦਾ ਕੀ ਆ। ਫਿਰ ਸੰਗਤਾਂ ਨੇ ਕਹਿਣਾ ਸੀ ਆਨੰਦਪੁਰ ਸਾਹਿਬ ਜਾਂਦੇ ਆਖੇ ਉੱਥੇ ਕਿਉਂ, ਆਖੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ, ਕਿਹਨਾਂ ਦੇ ਗੁਰੂ, ਆਖੇ ਮਨੁੱਖਤਾ ਦੇ। ਕਲਗੀਧਰ ਪਾਤਸ਼ਾਹ ਹੋਏ ਵੀ ਕੁੱਲ ਕਾਇਨਾਤ ਮਨੁੱਖਤਾ ਦੇ ਗੁਰੂ ਨੇ, ਇਕੱਲੇ ਸਿੱਖਾਂ ਦੇ ਨਹੀਂ। ਅੱਛਾ, ਕਹਿੰਦਾ ਕੁੱਲ ਮਨੁੱਖਤਾ ਦੇ ਗੁਰੂ, ਉੱਥੇ ਕੋਈ ਵੀ ਜਾ ਸਕਦਾ? ਆਖੇ ਹਾਂ। ਕਹਿੰਦਾ ਮੈਂ ਮੁਸਲਮਾਨ ਹਾਂ, ਭਲਾ ਜੇ ਮੈਂ ਜਾਵਾਂ ਮੈਨੂੰ ਚਰਨ ਹੀ ਲਾ ਲੈਣਗੇ? ਸੰਗਤ ਕਹਿੰਦੀ ਸਹਿਤਿਆ ਚਰਨਾਂ ਦੀ ਗੱਲ ਕਰਦਾ, ਤੂੰ ਚਰਨਾਂ ਦੀ ਗੱਲ ਕਰਦਾ, ਕਦੇ ਜਾ ਕੇ ਦੇਖੀ ਤੈਨੂੰ ਗਲ ਨਾਲ ਵੀ ਲਾਉਣਗੇ। ਇਹ ਹਿਸਾਬ ਲਾ ਲਓ ਬਈ, ਸੰਗਤ ਨੇ ਸਿਫਤਾਂ ਕਰ ਕਰਕੇ ਸੈਦਾ ਮਹਾਰਾਜ ਦੇ ਚਰਨਾਂ ਨਾਲ ਜੋੜਤਾ। ਆ ਹੁਣ ਸਿਫਤਾਂ ਪਤਾ ਕਿਉਂ ਕਰਨੀਆਂ ਜ਼ਰੂਰੀ ਨੇ? ਬਾਣੀ 'ਚ ਲਿਖ ਦਿਆ, ਸਿਫਤੀ ਗੰਢ ਪਵੈ ਦਰਬਾਰ। ਜੇ ਪ੍ਰਮਾਤਮਾ ਦੀਆਂ ਗੁਰੂ ਦੀਆਂ ਸਿਫਤਾਂ ਕਰਾਂਗੇ, ਉਹਦੇ ਦਰਬਾਰ 'ਚ ਸਾਡੀ ਸਾਂਝ, ਸਾਡੀ ਗੰਢ ਤਾਂ ਪੈਣੀ ਆ। ਸਿਫਤੀ ਗੰਢ ਪਵੈ ਦਰਬਾਰ। ਫੇ ਬਾਣੀ ਕਹਿੰਦੀ ਆ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਦਾ ਬਾਦਸ਼ਾਹ ਦਾ ਵੀ ਪਾਤਸ਼ਾਹ ਜਿਹਨੂੰ ਆਪਣੀ ਸਿਫਤ ਸਲਾਹ ਬਖਸ਼ ਦੇਵੇ। ਫਿਰ ਕਹਿੰਦੇ ਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸਾਹਿਬ ਵੀ ਸੱਚਾ, ਸਵਾਲਿਓ ਮਤਲਬ ਸੋਹਣੀ, ਤੇਰੀ ਸਿਫਤ ਵੀ ਸੋਹਣੀ ਹੋ ਰਹੀ ਆ। ਜਿੰਨ ਕੀਤੀ ਸੋ ਪਾਰ ਪਿਆ, ਜਿਹਨੇ ਜਿਹਨੇ ਕਰ ਲਈ ਉਹ ਪਾਰ ਪਿਆ। ਬਾਣੀ ਤਾਂ ਕਹਿੰਦੀ ਆ, ਜਿੰਨੇ ਵੀ ਜੀ ਜੰਤ ਨੇ ਤੇਰੀਆਂ ਹੀ ਸਿਫਤਾਂ ਦਾ ਕਰਦੇ ਨੇ। ਸਾਫ਼ ਸਾਫ਼ ਲਿਖਿਆ, ਕੇਤੇ ਤੇਰੇ ਜੀ ਜੰਤ ਸਭ ਸਿਫਤ ਕਰਿਆ ਦਿਨ ਰਾਤ। ਆਪਾਂ ਚਾਰ ਜਿਹੜੇ ਪੰਛੀ ਜਾਨਵਰ ਹੈ, ਉਹਨਾਂ ਦੀ ਤਾਂ ਆਪਾਂ ਨੇ ਲੱਭ ਵੀ ਲਈ ਆਵਾਜ਼ ਵੀ, ਕੀ ਕਹਿੰਦੇ ਆ, ਘੁੱਗੀ ਬੋਲਦੀ ਆ, ਆਪਾਂ ਨੇ ਅੰਦਾਜ਼ਾ ਲਾ ਲਿਆ ਵੀ ਇਹ ਕਹਿੰਦੀ ਆ ਦਾਤਾ ਤੂੰ, ਦਾਤਾ ਤੂੰ। ਤੇ ਜਦੋਂ ਤਿੱਤਰ ਬੋਲਦਾ ਨਾ ਦੋ ਤਰ੍ਹਾਂ ਦੇ, ਉਹ ਕਹਿੰਦਾ ਭਗਵਾਨ ਤੇਰੀ ਕੁਦਰਤ, ਕਦੇ ਜਦੋਂ ਬੋਲੇਗਾ ਸਮਝਣਾ ਭਗਵਾਨ ਤੇਰੀ ਕੁਦਰਤ। ਸੋ ਬਾਣੀ 'ਚ ਲਿਖਿਆ, ਕਹਿੰਦੇ ਤੇਰੇ ਜੀ ਜੰਤ ਸਭ ਸਿਫਤ ਕਰੈ ਦਿਨ ਰਾਤ। ਤੇ ਸਤ ਸੰਗਤ ਜੀ, ਜਦੋਂ ਸਿਫਤਾਂ ਕਰਾਂਗੇ ਸਾਡੀ ਗੰਢ ਤਾਂ ਹੀ ਪੈਣੀ ਆ। ਇਹ ਕਹਿ ਲਓ ਵੀ ਰੰਗ ਲਾਗਤ 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 ਆ, ਸੈਦੇ ਨੂੰ ਰੰਗ ਲੱਗ ਗਿਆ। ਤੇ ਜਿਹੜਾ ਕੋਈ ਗੁਰੂ ਨਾਲ ਪ੍ਰਮਾਤਮਾ ਨਾਲ ਜੋੜੇ, ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਤਾਂ ਉਹਦੇ ਚਰਨ ਫੜ ਲੈਂਦੇ ਹਾਂ, ਅਸੀਂ ਆਪਣੀ ਜੀਭ ਨਾਲ ਉਹਦੇ ਲਈ ਮਿੱਠੇ ਮਿੱਠੇ ਬਚਨ ਕਹਿ ਦਿੰਦੇ ਹਾਂ। ਜੇ ਨਹੀਂ ਸਰਦਾ, ਸਾਡੇ ਪ੍ਰਾਣ ਵੀ ਹਾਜ਼ਰ ਨੇ, ਆਪਾਂ ਆਮ ਪੜ੍ਹਦੇ ਸੁਣਦੇ ਹਾਂ, ਜੈਤ ਸ੍ਰੀ ਮਹੱਲਾ ਪੰਜਵਾਂ, ਕੋਈ ਜਨ ਹਰ ਸਿਓ ਦੇਵੈ ਜੋਰ। ਹੈ ਕੋਈ ਜਿਹੜਾ ਸਾਨੂੰ ਰੱਬ ਨਾਲ ਜੋੜ ਦੇਵੇ? ਚਰਨ ਕਹੂੰ ਕਹੋਦਾ ਉਹਦੇ ਚਰਨ ਫੜ ਲੈਂਦੇ ਹਾਂ। ਬਕੂ ਸ਼ਬ ਰਸਨਾ ਕਹੋਦਾ, ਰਸਨਾ ਜੀਵ ਨੂੰ ਕਹਿੰਦੇ ਹਾਂ, ਇਹਦੇ ਨਾਲ ਉਹਦੇ ਲਈ ਮਿੱਠੇ ਮਿੱਠੇ ਲਫ਼ਜ਼ ਕਹਿ ਦਿੰਦੇ ਹਾਂ। ਜੇ ਨਹੀਂ ਸਰਦਾ ਦੀਜੈ ਪ੍ਰਾਣ ਆ ਕੋਰ, ਉਹਦੇ ਲਈ ਤਾਂ ਸਾਡੇ ਪ੍ਰਾਣ ਵੀ ਹਾਜ਼ਰ ਨੇ। ਸੈਦਾ ਜੋੜਤਾ, ਜੀਵਨ ਹੈ ਹੀ ਜੁੜਿਆਂ ਦਾ, ਆਪਾਂ ਜੁੜੇ ਹੋਏ ਬੈਠੇ ਹਾਂ। ਟੁੱਟਿਆਂ ਦਾ ਕਾਹਦਾ ਜੀਵਨ, ਫੁੱਲ ਪੌਦੇ ਨਾਲ ਉਹ ਟੁੱਟ ਜਾਵੇ ਪੈਰਾਂ ਥੱਲੇ ਮਿੱਧ ਕੇ ਢੇਰ ਤੇ, ਇੰਨਾ ਕੇ ਜੀਵਨ ਆ। ਟੁੱਟਿਆਂ ਦਾ ਕੋਈ ਜੀਵਨ ਨਹੀਂ, ਨਿਰਾਸ਼ਾ ਹੋ ਕੇ ਜਿਉਂਦਾ ਟੁੱਟਿਆ ਹੋਇਆ। ਸੈਦੇ ਨੇ ਕਈ ਸ਼ਬਦ ਸਿੱਖ ਲਏ, ਰੋਜ਼ ਅਰਦਾਸ ਕਰਦਾ, ਹਾਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵਹਿੰਗੇ। ਸਿੱਖ ਅਰਦਾਸ ਕਰੇ ਔਰ ਗੁਰੂ ਮਹਾਰਾਜ ਜੀ ਪ੍ਰਵਾਨ ਨਾ ਕਰਨ, ਇਹ ਕਿਵੇਂ ਹੋ ਸਕਦਾ? ਸਿੱਖ ਦੀ ਪ੍ਰੀਤ ਦੋ ਤਰਫੀ, ਬਾਣੀ 'ਚ ਮੱਛੀ ਦਾ ਚਕੋਰ ਦਾ ਵਰਤਾਂਤ ਹੈ, ਉਹਨਾਂ ਦੀ ਪ੍ਰੀਤ ਇੱਕ ਤਰਫੀ। ਜਿਵੇਂ ਮੱਛੀ ਨੂੰ ਪਾਣੀ ਨਾਲ ਤਾਂ ਮਤਲਬ ਹੈਗਾ, ਪਾਣੀ ਨੂੰ ਕੋਈ ਨਹੀਂ, ਕਿਉਂਕਿ ਮੱਛੀ ਦਾ ਜੀਵਨ ਹੈ ਪਾਣੀ ਹੈ। ਚਕੋਰ ਆ ਨਾ ਜਿਹੜੀ ਰਾਤ ਨੂੰ ਜਾਗਦੀ ਆ, ਧਿਆਨ ਦਿਓ, ਉਹਦੀ ਪ੍ਰੀਤ ਚੰਦ ਨਾਲ ਆ, ਉਹਨੂੰ ਚੰਦ ਨਾਲ ਮਤਲਬ ਹੈਗਾ, ਚੰਦ ਨੂੰ ਕੋਈ ਨਹੀਂ। ਬਾਣੀ ਵਿੱਚ ਵੀ ਲਿਖਿਆ, ਪੰਜਵੇਂ ਪਾਤਸ਼ਾਹ ਲਿਖਦੇ ਨੇ, ਰੇ ਮਨ ਹਰ ਸਿਉ ਐਸੀ ਪ੍ਰੀਤ ਕਰ ਜੈਸੀ ਚੱਕ ਵੀ ਸੂਰ। ਜਗਮੈਂ ਚੱਕਵੇ ਤੇ ਚੱਕਵੀ ਦੀ ਸੂਰਜ ਨਾਲ ਪ੍ਰੀਤ ਹੈ, ਮੇਰੇ ਮਨ ਤੂੰ ਵੀ ਆਪਣੇ ਪ੍ਰਮਾਤਮਾ ਨਾਲ ਐਸੀ ਪ੍ਰੀਤ ਕਰ। ਰਾਤ ਨੂੰ ਜਦੋਂ ਚੱਕਵਾ ਚੱਕਵੀ ਵਿਛੜ ਜਾਂਦੇ ਨੇ, ਉਹ ਦਰਿਆ ਦੇ ਪਰਲੇ ਬੰਨੇ ਚੱਕਵਾ ਇੱਧਰਲੇ ਪਾਸੇ, ਉਹ ਡਾਰੀ ਮਾਰਦਾ ਉੱਧਰ ਨੂੰ ਜਾਂਦਾ, ਇੰਨੇ ਨੂੰ ਚੱਕਵੀ ਉਹਦੇ ਵਾਲੇ ਪਾਸੇ ਆਉਂਦੀ ਆ, ਰਾਤ ਤੱਕ ਉਹਨਾਂ ਦਾ ਮੇਲ ਮਿਲਾਪ ਨਹੀਂ ਹੁੰਦਾ, ਫਿਰ ਥੱਕ ਹਾਰ ਕੇ ਬਹਿ ਜਾਂਦੀ ਆ। ਬਾਣੀ ਕਹਿੰਦੀ ਆ, ਫਿਰ ਉਹ ਟਿਕਟਕੀ ਲਗਾ ਕੇ ਸੂਰਜ ਦੀ ਉਡੀਕ ਕਰਦੀ ਆ ਵੀ ਕਦੋਂ ਚੜ੍ਹੇਗਾ ਸਾਡਾ ਮਿਲਾਪ ਹੋ ਗਏ। ਆ ਧਿਆਨ ਦਿਓ ਜਰਾ ਕਾ। ਸੋ ਜਿਹੜੀ ਸਿੱਖ ਦੀ ਪ੍ਰੀਤ ਆ ਦੋ ਤਰਫੀ ਆ, ਕਿਵੇਂ?
ਜਿੰਨੇ ਕੁ ਤਾਂਗ ਇੱਕ ਸਿੱਖ ਕਰਦਾ ਉਦੋਂ ਕਰੋੜਾਂ ਗੁਣਾ ਵੱਧ ਕੇ ਗੁਰੂ ਵੀ ਕਰਦਾ। ਸਾਫ ਸਾਫ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗਾ ਹੋਏ ਲੇਤ ਹੈ। ਉਹ ਕਿਵੇਂ, ਉਹ ਜਦੋਂ ਕਰਤਾਰਪੁਰ ਬੈਠੇ ਸੀ ਨਾ ਮਹਾਰਾਜ ਗੁਰੂ ਨਾਨਕ ਦੇਵ ਜੀ, ਭਾਈ ਲਹਿਣਾ ਜੀ ਨੇ ਦਰਸ਼ਨ ਕਰਨ ਆਉਣਾ ਸੀ ਤੇ ਜਦੋਂ ਘੋੜੀ ਤੇ ਚੜ੍ਹ ਕੇ ਤੁਰਿਆ, ਇੱਧਰ ਮਹਾਰਾਜ ਜੀ ਬੈਠੇ ਕਥਾ ਕਰ ਰਹੇ ਸੀ, ਅਚਾਨਕ ਉੱਠ ਕੇ ਕਹਿੰਦੇ ਅਸੀਂ ਤਾਂ ਕਿਤੇ ਜਾਣਾ ਆਏ ਸੰਗ ਤੇ ਬੈਠੋ। ਮੁਖੀ ਸਿੰਘ ਕਹਿੰਦੇ ਮਹਾਰਾਜ ਅੱਗੇ ਤਾਂ ਕਿਤੇ ਜਾਂਦੇ ਨਹੀਂ ਕਥਾ ਟਾਈਮ, ਜੱਜ ਅਚਾਨਕ ਕਿੱਥੇ? ਮਹਾਰਾਜ ਕਹਿੰਦੇ ਸਾਡੇ ਰਾਜ ਦਾ ਧਨੀ ਲੈਣ ਆ ਰਿਹਾ। ਆ ਧਿਆਨ ਦਿਓ, ਇੱਕ ਕਦਮ ਗੁਰੂ ਵੱਲ ਨੂੰ ਪੁੱਟੀਏ, ਗੁਰੂ ਕਰੋਣਾ ਪੁੱਟ ਕੇ ਆਉਂਦਾ। ਸਾਜਦਾ ਰੋਜ਼ ਅਰਦਾਸਾਂ ਕਰਦਾ, ਉਹਦੀ ਅਰਦਾਸ ਮਨਜ਼ੂਰ ਆਈ। ਮਹਾਰਾਜ ਨੇ 21 ਸਿੱਖਾਂ ਨੂੰ ਆਖਿਆ ਚਲੋ ਕਿਤੇ ਜਾਣਾ, ਤੁਰ ਪਏ। ਉਹ ਮਲਾਹਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਨੇ ਅੱਜ ਘਾਟ ਦੇ ਪਰਲੇ ਬੰਨੇ ਜਾਣਾ, ਸਾਰਿਆਂ ਨੇ ਆਪਣੀਆਂ ਆਪਣੀਆਂ ਬੇੜੀਆਂ ਸਜਾਈਆਂ, ਉਹਨਾਂ ਨੇ ਫੁੱਲ ਲਾਏ, ਲੜੀਆਂ ਲਾਈਆਂ, ਧੂਫਾਂ ਕੀਤੀਆਂ, ਕੱਪੜਾ ਮਾਰਿਆ, ਜਿਹੋ ਜੀ ਸਹਿਤਿਆ ਦੀ ਸੀ ਲਿਆ ਕੇ ਵਿੱਚ ਖੜਾਤੀ, ਜਿਹੜਾ ਰੋਜ਼ ਅਰਦਾਸਾਂ ਕਰਦਾ। ਤੇ ਮਖੌਲ ਲੱਗ ਕੇ ਕਰਨ ਵੀ ਸਹਿਤਿਆ ਤੂੰ ਅੱਡੀਆਂ ਚੱਕ ਜਾ ਕੇ ਕਿੱਧਰ ਨੂੰ ਦੇਖਦਾ? ਕਹਿੰਦਾ ਮਹਾਰਾਜ ਨੇ ਆਉਣਾ ਪਰਲੇ ਬੰਨੇ ਲਾਉਣਾ। ਉਹ ਕਹਿੰਦੇ ਆਪਣੀ ਸ਼ਕਲ ਦੇਖ, ਆਪਣੀ ਵਰਦੀ ਦੇਖ, ਆਪਣੀ ਟੁੱਟੀ ਜੀ ਬੇੜੀ ਦੇਖ, ਮਹਾਰਾਜ ਦੀ ਰਾਜਿਆਂ ਮਹਾਰਾਜਿਆਂ ਵਰਗੀ ਸ਼ਾਨ ਤੇਰੀ ਚ ਬੈਠਣਗੇ। ਉਹ ਕਹਿੰਦਾ ਮੈਨੂੰ ਨੀ ਪਤਾ, ਸੰਗਤ ਐ ਕਹਿ ਕੇ ਗਈ ਸੀ ਸਹਿਤਿਆ, ਗੁਰੂ ਮਹਾਰਾਜ ਅੰਦਰਲੇ ਨੂੰ ਪੜਦੇ ਨੇ, ਬਾਹਰਲੀਆਂ ਸਜਾਵਟਾਂ ਤੇ ਨਹੀਂ ਰੀਝਦੇ, ਦੇਖਾਂਗੇ। ਜੇ ਤਾਂ ਬਾਕੀ ਇਹ ਗੱਲ ਹੋਈ ਫਿਰ ਤਾਂ ਮੇਰੀ ਬੇੜੀ ਚ ਬੈਠਣਗੇ। ਐਨੇ ਨੂੰ ਕਿਸੇ ਨੇ ਆਖਿਆ ਆਵਾਂਗੇ ਮਹਾਰਾਜ, ਸਾਰੇ ਮਲਾਹ ਸਾਵਧਾਨ ਹੋ ਕੇ ਖੜ ਗਏ। ਮਹਾਰਾਜ ਪਹਿਲੇ ਮਲਾਹ ਨੂੰ ਜਾ ਕੇ ਪੁੱਛਦੇ ਨੇ ਹਾਂ ਬਈ ਆਹ ਬੇੜੀ ਕਿਹਦੀ ਆ? ਤੇ ਬੇੜੀ ਦਾ ਮਾਲਕ ਹੱਥ ਬੰਨ ਕੇ ਕਹਿੰਦਾ ਮਹਾਰਾਜ ਇਹ ਬੇੜੀ ਮੇਰੀ ਆ, ਆਓ ਬੈਠੋ ਤੁਹਾਨੂੰ ਪਰਲੇ ਬੰਨੇ ਲਾਵਾਂ। ਮਹਾਰਾਜ ਕਹਿੰਦੇ ਬੈਠੇ ਲਾ ਕੇ ਬੰਨੇ, ਅਗਲੇ ਕੋਲ ਗਏ ਆਹ ਕਿਹਦੀ ਆ? ਉਹ ਕਹਿੰਦਾ ਮਹਾਰਾਜ ਮੇਰੀ ਆ, ਬੈਠੋ ਪਰਲੇ ਬੰਨੇ ਲਾਵਾਂ। ਤੇ ਮਹਾਰਾਜ ਕਹਿੰਦੇ ਬੈਠੇ, ਕਰਦੇ ਕਰਦੇ ਜਦੋਂ ਨਾ ਸੈਦੇ ਮਲਾਹ ਕੋਲ ਗਏ ਤੇ ਜਾ ਕੇ ਪੁੱਛਦੇ ਨੇ ਆਹ ਬੇੜੀ ਕਿਹਦੀ ਆ? ਸੈਦਾ ਦੋਵੇਂ ਹੱਥ ਬੰਨ ਕੇ ਕਹਿੰਦਾ ਮਹਾਰਾਜ ਇਹ ਬੇੜੀ ਤੁਹਾਡੀ ਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਬੜਾ ਫਰਕ ਪੈ ਗਿਆ। ਫਰਕ ਭਲਾ ਕਿਹੜੀ ਗੱਲ ਦਾ ਪੈ ਗਿਆ? ਬਾਣੀ ਕਹਿੰਦੀ ਆ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰ, ਜਬ ਮੇਰੀ ਵਿਸਰ ਜਾਏ ਤਬ ਪ੍ਰਭ ਕਾਜ ਸਵਾਰਾ ਆਏ। ਜਦੋਂ ਮੈਂ ਮੇਰੀ ਨਾ ਮੁੱਕ ਜਾਂਦੀ ਆ ਤੇ ਫਿਰ ਰੱਬ ਨੂੰ ਸਾਡੀ ਮੰਨਣੀ ਉਹ ਪੈਂਦੀ ਆ। ਮਹਾਰਾਜ ਕਹਿਣ ਲੱਗੇ ਕੀ ਨਾਮ ਆਖੇ? ਸੈਦਾ। ਵਾਹ ਸੈਦਿਆ ਵਾਹ, ਚੱਲ ਫਿਰ ਜੇ ਆ ਬੇੜੀ ਸਾਡੀ ਆ, ਸਾਨੂੰ ਸਾਡੀ ਬੇੜੀ ਚ ਬਿਠਾਲ ਕੇ ਪਰਲੇ ਬੰਨੇ ਲਾ। ਸੈਦਾ ਖੁਸ਼ ਹੋ ਗਿਆ, ਭੱਜ ਕੇ ਮਹਾਰਾਜ ਦੇ ਚਰਨੀ ਹੱਥ ਲਾਉਣ ਲੱਗਿਆ। ਮਹਾਰਾਜ ਨੇ ਲਵਾਏ ਕੋਈ ਨੀ। ਤੇ ਜਦੋਂ ਪਿੱਛੇ ਨੂੰ ਹੋ ਗਏ ਮਹਾਰਾਜ ਚਾਰ ਕਦਮ, ਸੈਦਾ ਉਦਾਸ ਹੋ ਗਿਆ, ਕਹਿੰਦਾ ਜਾਂ ਤਾਂ ਸੰਗਤ ਝੂਠ ਬੋਲ ਗਈ, ਗੱਲ ਕੀ ਆ? ਉਹ ਤਾਂ ਕਹਿੰਦੇ ਸੀ ਮਹਾਰਾਜ ਸਾਰਿਆਂ ਨੂੰ ਚਰਨੀ ਲਾਉਂਦਿਆਂ, ਮਿਹਨਤ ਲਾਇਆ ਕੋਈ ਨੀ ਪਿੱਛੇ ਨੂੰ ਹੋ ਗਏ, ਇਸ ਕਰਕੇ ਤਾਂ ਨੀ ਕਿਤੇ ਕਿ ਮੈਂ ਮੁਸਲਮਾਨ ਹਾਂ। ਪਰ ਉਹਨੇ ਇੱਕ ਕੰਮ ਚੰਗਾ ਕਰਿਆ, ਸ਼ੱਕ ਸ਼ੰਕਾ ਮਨ ਚ ਨਹੀਂ ਰੱਖਿਆ, ਕੱਢ ਲਿਆ, ਉਹਨੇ ਮਹਾਰਾਜ ਨੂੰ ਪੁੱਛ ਲਿਆ। ਕਿਉਂਕਿ ਸ਼ੱਕ ਸ਼ੰਕਾ ਜੇ ਮਨ ਚ ਹੋਵੇ ਨਾ, ਚੁੱਲ੍ਹੇ 'ਚ ਦੱਬੀ ਅੱਗ ਵਾਂਗੇ ਧੁਖਦਾ ਤੇ ਭਖਦਾ ਰਹਿੰਦਾ, ਫਿਰ ਪਟਾਕਾ ਹੀ ਭਾਂਬਰ ਬਲਦਾ। ਉਹਨੇ ਮਹਾਰਾਜ ਨੂੰ ਪੁੱਛ ਲਿਆ, ਕਹਿੰਦਾ ਮਹਾਰਾਜ ਸੰਗਤ ਕੁਛ ਹੋਰ ਕਹਿੰਦੇ ਸੀ, ਦੇਖੋ ਜੀ ਕੁਛ ਹੋਰ ਰਿਹਾ ਏ। ਕਹਿੰਦੇ ਕੀ ਹੋਇਆ? ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨੀ ਹੱਥ ਲਾਉਣਾ ਚਾਹੁੰਦਾ ਸੀ, ਬੜੀ ਤੰਗ ਸੀ, ਤੁਸੀਂ ਲਵਾਏ ਨਹੀਂ, ਕਿਉਂ? ਇਸ ਕਰਕੇ ਤਾਂ ਨਹੀਂ ਕਿਤੇ ਕਿ ਮੈਂ ਮੁਸਲਮਾਨ ਹਾਂ? ਮਹਾਰਾਜ ਹੱਸ ਕੇ ਕਹਿੰਦੇ ਨਹੀਂ ਨਹੀਂ ਸੈਦਿਆ ਆ ਗੱਲ ਨਹੀਂ। ਅਖੇ ਮਹਾਰਾਜ ਵੇ ਗੱਲ ਕੀ ਆ? ਮਹਾਰਾਜ ਕਹਿੰਦੇ ਗੱਲ ਤਾਂ ਹੈਗੀ ਪਰ ਆ ਨਹੀਂ। ਅਖੇ ਮਹਾਰਾਜ ਵੇ ਕਿਹੜੀ ਗੱਲ ਆ? ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਸੈਦਿਆ ਗੱਲ ਇਹ ਆ ਵੀ ਜਿਹੜੀ ਤੂੰ ਰੋਜ਼ ਅਰਦਾਸ ਕਰਦਾ ਹੁੰਦਾ, ਭਲਾ ਕੀ ਕਹਿਣਾ ਹੁੰਦਾ? ਉਹਨੇ ਸੰਗਤ ਤੋਂ ਸਿੱਖਿਆ ਉਹੀ ਸ਼ਬਦ ਪੜਿਆ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇਂਗੇ। ਮਹਾਰਾਜ ਕਹਿੰਦੇ ਸੈਦਿਆ ਬਸ ਆਹੀ ਗੱਲ ਹੈ, ਤੂੰ ਅਰਦਾਸਾਂ ਚਰਨਾਂ ਨਾਲ ਲੱਗਣ ਦੀਆਂ ਨਹੀਂ ਗਲ ਦੇ ਨਾਲ ਲੱਗਣ ਦੀਆਂ ਕਰਦਾ, ਚਰਨੀ ਤਾਂ ਨਹੀਂ ਲਾਇਆ, ਕਿਉਂਕਿ ਅੱਜ ਤੈਨੂੰ ਅਸੀਂ ਆਪਣੇ ਗਲ ਦੇ ਨਾਲ ਲਾਉਣ ਵਾਸਤੇ ਆਏ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਰੇਮ ਤਾਰ ਦੀਆਂ ਸਿੱਧੀਆਂ ਜੋ ਮੇਰੇ ਗੁਰਾਂ ਦੀ
ਹੱਲ ਰਹੀਆਂ ਹਵਾਵਾਂ ਕਹਿੰਦੀਆਂ ਤੈਨੂੰ ਚਰਨੀ ਨੀ ਗੱਲ ਲਾਉਣ ਆਇਆ ਮਹਾਰਾਜ ਨੇ ਸੈਦੇ ਨੂੰ ਗੱਲ ਨਾਲ ਲਾਇਆ ਕੈਸਾ ਦ੍ਰਿਸ਼ ਹੋਵੇਗਾ ਤੇ ਨਾਲੇ ਆਖਿਆ ਸੈਦਿਆ ਚੱਲ ਹੁਣ ਸਾਨੂੰ ਪਰਲੇ ਬੰਨੇ ਲਾ ਦੇ ਸੈਦੇ ਨੇ ਮਹਾਰਾਜ ਨੂੰ ਬੇੜੀ ਚ ਬਿਠਾਲ ਕੇ ਨਾਲ 21 ਸਿੱਖਾਂ ਨੂੰ ਬੇੜੀ ਦਰਿਆ ਚ ਠਹਿਲਦੀ ਤੇ ਜਦੋਂ ਮਲਾਮ ਤੌਰ ਤੇ ਬੇੜੀ ਚਲਾਉਂਦਾ ਨਾ ਉਹਦਾ ਮੁੱਖ ਕਿਨਾਰੇ ਵੱਲ ਨੂੰ ਹੁੰਦਾ ਜਿੱਧਰ ਨੂੰ ਜਾਣਾ ਪਰ ਇਹਨੇ ਕਿਨਾਰੇ ਵੱਲ ਨੂੰ ਕਰ ਲਈ ਪਿੱਠ ਤੇ ਮਹਾਰਾਜ ਵੱਲ ਨੂੰ ਕਰ ਲਿਆ ਮੁੱਖ ਹੁਣ ਜਿੰਨੀ ਵੀ ਵਾਰ ਪਾਣੀ 'ਚ ਚੱਪੂ ਮਾਰਦਾ ਨਾ ਓਨੀ ਵਾਰ ਝੁੱਕ ਝੁੱਕ ਕੇ ਮਹਾਰਾਜ ਨੂੰ ਸੀ ਝੁਕਾਉਂਦਾ ਤੇ ਸ਼ੁਕਰਾਨਾ ਕਰਦਾ ਬੇੜੀ ਬੰਨੇ ਲੱਗਣ ਨੂੰ ਮਿੰਟ ਦੋ ਮਿੰਟ ਲੱਗਦੇ ਆ ਪਰ ਸੈਦਾ ਬੇੜੀ ਬੰਨੇ ਲਾਉਣ 'ਚ ਨਹੀਂ ਆਉਂਦਾ ਲੈ ਜਾਂਦਾ ਰਾਹ 'ਚੋਂ ਹੀ ਮੋੜ ਲਿਆਉਂਦਾ ਕਦੇ ਖੱਬੇ ਕਦੇ ਸੱਜੇ ਕਦੇ ਪਿੱਛੇ ਕਦੇ ਅੱਗੇ ਨਾਲ ਦੇ ਸਿੱਖ ਕਹਿੰਦੇ ਮਹਾਰਾਜ ਇੰਨੀਆਂ ਸੋਹਣੀਆਂ ਸੋਹਣੀਆਂ ਬੇੜੀਆਂ ਛੱਡ ਕੇ ਆਏ ਆ ਇਹਦੇ ਮਨ ਵਿੱਚ ਕੋਈ ਖੋਟ ਲੱਗਦੀ ਆ ਕਿਤੇ ਮੁਸਲਮਾਨ ਹੈ ਇਹਨੂੰ ਮਹਾਰਾਜ ਪੁੱਛੋ ਤਾਂ ਸਹੀ ਬੇੜੀ ਬੰਨੇ ਕਿਉਂ ਨਹੀਂ ਲਾਉਂਦਾ ਹੁਣ ਮਹਾਰਾਜ ਤਾਂ ਜਾਣੀ ਜਾਣਨੇ ਜੇ ਜਾਣੀ ਜਾਣਨਾ ਹੁਣ ਤਾਂ ਬਾਣੀ ਤਾਂ ਸਾਫ਼ ਸਾਫ਼ ਲਿਖਿਆ ਦੂਸਰੇ ਪਾਤਸ਼ਾਹ ਲਿਖਦੇ ਨੇ ਤਿਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣਿਆ ਜਾਣ ਜਿਹੜਾ ਸਾਰਾ ਕੁਝ ਜਾਣਦਾ ਬੋਲ ਕੇ ਕੀ ਕਹਿਣਾ ਮਹਾਰਾਜ ਜਾਣਦੇ ਨੇ ਪਰ ਸਿੱਖਾਂ ਦਾ ਸ਼ੰਕਾ ਕੱਢਣ ਲਈ ਆਖਿਆ ਉਹ ਸਹਿਦਿਆ ਬੇੜੀ ਬੰਨੇ ਕਿਉਂ ਨਹੀਂ ਲਾਉਂਦਾ ਬੜੇ ਪ੍ਰੇਮ ਦੇ ਨਾਲ ਕਹਿਣ ਲੱਗਿਆ ਕਹਿੰਦਾ ਮਹਾਰਾਜ ਪਤਾ ਨਹੀਂ ਪਿਛਲੇ ਜਨਮ 'ਚ ਕੋਈ ਚੰਗਾ ਦਾਨ ਪੁੰਨ ਕਰਮ ਹੋ ਗਿਆ ਕਿ ਆਪ ਜੀ ਦਾਸ ਦੀ ਬੇੜੀ 'ਚ ਆਏ ਜੇ ਮੈਂ ਬੇੜੀ ਜਲਦੀ ਬੰਨੇ ਲਾ ਦੀ ਤੁਸੀਂ ਜਲਦੀ ਉਤਰ ਕੇ ਚਲੇ ਜਾਣਾ ਮੈਂ ਨਹੀਂ ਚਾਹੁੰਦਾ ਜਲਦੀ ਜਾਓ ਮੈਂ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਸਮਾਂ ਤੁਹਾਡਾ ਸੰਗ ਕਰ ਸਕਾਂ ਸਿੱਖ ਬੜੇ ਪ੍ਰਭਾਵਿਤ ਹੋਏ ਚੁੱਪ ਕਰਕੇ ਬਹਿ ਗਏ ਉਹਨੇ ਫੇਰ ਕਈ ਗੇੜੇ ਕਢਾਏ ਫੇਰ ਸਿੱਖਾਂ ਨੇ ਆਖਿਆ ਆਖਰ ਸੈਦੇ ਨੇ ਬੇੜੀ ਬੰਨੇ ਲਾ ਦੀ ਮਹਾਰਾਜ ਨੇ ਉਹਦਾ ਧੰਨਵਾਦ ਕੀਤਾ ਆਖਿਆ ਹੁਣ ਤੂੰ ਇਹ ਬੇੜੀ ਨੂੰ ਆਖਿਆ ਤੁਹਾਡੀ ਆ ਮਤਲਬ ਸਾਡੀ ਆ ਸਾਡੀ ਬੇੜੀ ਸਮਝ ਕੇ ਸੰਗਤ ਦੀ ਸੇਵਾ ਕਰਦਾ ਰਹੀ ਬੇੜਾ ਪਾਰ ਹੋਵੇਗਾ ਤੇ ਮਹਾਰਾਜ ਨੇ ਖੀਸੇ 'ਚ ਪਾ ਕੇ ਹੱਥ ਸੋਨੇ ਦੀਆਂ ਕੱਢ ਲਈਆਂ ਮੋਹਰਾਂ ਤੇ ਆਖਿਆ ਦੱਸ ਤੇਰਾ ਕਿੰਨਾ ਕਿਰਾਇਆ ਕਿੰਨੀ ਮਜ਼ੂਰੀ ਆ ਹੱਥ ਬੰਨ ਕੇ ਕਹਿੰਦਾ ਮਹਾਰਾਜ ਕਿਰਾਇਆ ਮਜ਼ੂਰੀ ਦੁਆਤੋਂ ਇਹ ਤਾਂ ਦੋ ਜੇ ਮੈਂ ਮੰਗਾ ਮਹਾਰਾਜ ਅਰਦਾਸਾਂ ਕਰ ਕਰਕੇ ਤੁਹਾਡੇ ਦਰਸ਼ਨਾਂ ਦੀ ਮੰਗ ਕੀਤੀ ਸੀ ਹੋ ਗਏ ਮੈਂ ਨਹੀਂ ਮਜ਼ੂਰੀ ਲੈਣੀ ਨਾਲੇ ਮਹਾਰਾਜ ਭਲਾ ਮਲਾਹ ਮਲਾਹ ਤੋਂ ਕਦ ਮਜ਼ਦੂਰੀ ਲੈਂਦਾ ਤੁਸੀਂ ਵੀ ਮਲਾਹ ਮੈਂ ਵੀ ਮਲਾਹ ਹੁਣ ਸਿੱਖ ਫੇਰ ਬੜੇ ਹੈਰਾਨ ਹੋਏ ਵੀ ਇੱਕ ਮਲਾਹ ਮਹਾਰਾਜ ਨੂੰ ਮਲਾਹ ਦੱਸਦਾ ਹੁਣ ਹਜ਼ੂਰ ਦਾ ਫੇਰ ਜਾਣੀ ਜਾਣਨੇ ਉਹ ਮਹਾਰਾਜ ਕਹਿਣ ਲੱਗੇ ਸੈਦਿਆ ਤੂੰ ਸਾਨੂੰ ਮਲਾਹ ਦੱਸਦਾ ਭਲਾ ਸਾਡੀਆਂ ਕਿਹੜੀਆਂ ਬੇੜੀਆਂ ਪਾਣੀ ਦੇ ਚੱਲਦੀਆਂ ਫਿਰ ਹੱਥ ਜੋੜ ਕੇ ਪਤਾ ਸੈਦੇ ਨੇ ਕੀ ਆਖਿਆ ਸੀ ਕਹਿੰਦਾ ਮਹਾਰਾਜ ਅਸਲ ਵਿੱਚ ਵੱਡੇ ਮਲਾਹ ਹੋ ਹੀ ਤੁਸੀਂ ਮੈਂ ਤਾਂ ਨਿੱਕਾ ਜਿਹਾ ਮੇਰਾ ਤਾਂ ਕੰਮ ਇੰਨਾ ਹੀ ਹੈ ਇੱਧਰੋਂ ਯਾਤਰੀਆਂ ਨੂੰ ਬਿਠਾਲ ਕੇ ਪਰਲੇ ਬੰਨੇ ਲਾਹ ਦੇਣਾ ਕੋਈ ਕਿਤੇ ਜਾਵੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਪਰ ਮਹਾਰਾਜ ਜਿਹੜੀ ਬੇੜੀ ਤੁਹਾਡੀ ਚੱਲਦੀ ਆ ਦਿਖਦੀ ਭਾਵੇਂ ਨਹੀਂ ਪਰ ਲੈ ਕੇ ਸਿੱਧੀ ਸੱਚਖੰਡ ਨੂੰ ਜਾਂਦੀ ਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਸ ਉਸੇ ਵੇਲੇ ਮਹਾਰਾਜ ਨੇ ਫੇਰ ਗੱਲ ਨਾਲ ਲਾ ਲਿਆ ਤੇ ਆਖਿਆ ਵਾਹ ਸੈਦਿਆ ਵਾਹ ਆ ਜਿਹੜਾ ਪਿਆਰ ਦਾ ਕਿਰਾਇਆ ਤੇ ਬਰਾਗ ਦਾ ਸਬੂਤ ਤੂੰ ਅੱਜ ਦਿੱਤਾ ਜਾ ਇਹਦੇ ਕਰਕੇ ਤੇਰੀਆਂ 21 ਗੁਲਾਂ ਤਾਰੀਆਂ ਇਹ ਕੀ ਹੁੰਦੀਆਂ ਸਾਧ ਸੰਗ ਜੀ ਹੁਣ ਧਿਆਨ ਦਿਓ ਜਰਾ ਕੁ ਮੈਂ ਬਹੁਤਾ ਵਿਸਤਾਰ 'ਚ ਨਾ ਜਾਵਾਂ ਗਿਆਨੀ ਕਾਂ ਸਿੰਘ ਨਾਭਾ ਲਿਖਦੇ ਨੇ 10 ਲੰਘ ਚੁੱਕੀਆਂ ਪੀੜ੍ਹੀਆਂ ਆਪਣਾ ਖਾਨਦਾਨ ਵੱਡੇ ਵਡੇਰੇ ਦਾਦੇ ਪੜਦਾਦੇ ਨਗਰ ਦਾਦੇ ਤੇ 10 ਆਉਣ ਵਾਲੀਆਂ ਵੀ ਇੱਕ ਚੱਲ ਰਹੀ ਮੌਜੂਦਾ ਇਹਨੂੰ ਆਖਿਆ ਜਾਂਦਾ 21 ਗੁਲਾਂ ਕਿਉਂਕਿ ਉਹਨੇ ਮੰਗਿਆ ਹੀ ਇਹੀ ਸੀ ਮਹਾਰਾਜ ਕਹਿੰਦੇ ਮਜ਼ੂਰੀ ਦੇਣੀ ਆ ਉਹ ਕਹਿੰਦਾ ਲੈਣੀ ਨਹੀਂ ਮਹਾਰਾਜ ਕਹਿੰਦੇ ਮਜ਼ੂਰੀ ਦੇਣੀ ਆ ਫਿਰ ਕਹਿੰਦਾ ਮਹਾਰਾਜ ਮੇਰੀ ਮਰਜ਼ੀ ਦੀ ਦਿਓ ਮਹਾਰਾਜ ਕਹਿੰਦੇ ਇੱਕ ਨਹੀਂ ਸੈਂਕੜੇ ਮੰਗ ਲਾ ਉਹਨੇ ਕੀ ਮੰਗਿਆ ਸੀ ਕਹਿੰਦਾ ਮਹਾਰਾਜ ਫਿਰ ਇੱਕ ਕਿਰਪਾ ਆਹ ਕਰ ਦਿਓ ਜੇ ਮਜ਼ੂਰੀ ਦੇਣੀ ਆ ਜਿਵੇਂ ਅੱਜ ਆਪ ਜੀ ਦਾਸ ਦੀ ਘਾਟ ਤੇ ਆਏ ਦਾਸ ਨੇ ਆਪਣੀ ਬੇੜੀ 'ਚ ਬਿਠਾਲ ਕੇ ਤੁਹਾਨੂੰ ਪਰਲੇ ਬੰਨੇ ਲਾਇਆ ਕੱਲ੍ਹ ਨੂੰ ਜਦੋਂ ਮਰ ਕੇ ਆਖਰੀ ਸਵਾਸ ਲੈ ਕੇ ਮੈਂ ਤੁਹਾਡੀ ਘਾਟ ਤੇ ਆਵਾਂ ਹੋ ਸਕਦਾ ਦੇਣ ਵਾਸਤੇ ਕੋਈ ਮਿਹਨਤ ਮਜ਼ੂਰੀ ਨਾ ਹੋਵੇ ਤੁਸੀਂ ਵੀ ਨਾ ਮੰਗਿਓ ਮੁਫਤ ਵਿੱਚ ਦਾਸ ਦਾ ਵੀ ਬੇੜਾ ਬੰਨੇ ਲਾ ਦਿਓ ਸੋ ਕਹਿਣ ਦਾ ਭਾਵ ਸੰਗਤ ਜੀ ਇਹ ਸਾਖੀ ਤੋਂ ਇਹ ਸਿੱਖਿਆ ਮਿਲਦੀ ਆ
ਬਈ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਸੰਗ ਗੁਰੂ ਮਹਾਰਾਜ ਜੀ ਦਾ ਕਰਾਂਗੇ ਨਾ, ਕੋਈ ਨਾ ਕੋਈ ਗਿਆਨ ਦੀ ਗੱਲ, ਕੋਈ ਨਾ ਕੋਈ ਯੁਗਤੀ ਦੀ ਗੱਲ ਅਸੀਂ ਇੱਥੋਂ ਸਿੱਖ ਕੇ ਜਾਵਾਂਗੇ। ਲਓ ਬਿਲਕੁਲ ਨਵੀਂ ਤੇ ਵੱਖਰੀ ਗਾਥਾ ਤੁਹਾਡੇ ਸਾਹਮਣੇ ਕਹਿਣੀ ਹੈ। ਮੈਂ 5 ਮਿੰਟ ਅਜੇ ਹੋਰ ਆਪਣੇ ਇਲਾਕੇ ਦੇ ਲਾਉਣੇ ਨੇ। ਸਾਰਿਆਂ ਨੂੰ ਪਤਾ ਅਸੀਂ ਆਮ ਤੌਰ ਤੇ ਭਾਈ ਨਾਨੂ ਸਿੰਘ ਜੀ ਦਾ ਪ੍ਰਸੰਗ ਬੋਲਦੇ ਹਾਂ, ਤੀਰ ਤਮੰਚੇ ਤਲਵਾਰਾਂ, ਤਮੰਚਾ ਛੋਟੇ ਪਿਸਤੌਲ ਨੂੰ ਕਹਿੰਦੇ ਹਾਂ, ਧਿਆਨ ਦਿਓ ਕਿਵੇਂ ਉਹ ਭੇਟ ਕਰਦੇ ਨੇ, ਸਾਰਿਆਂ ਨੂੰ ਪਤਾ ਨਾ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਣਵਾਂ ਵਿੱਚ ਹੀ ਲੰਘੇ, ਇੱਥੇ 6ਵੇਂ ਪਾਤਸ਼ਾਹ ਸਾਡੇ ਇਲਾਕੇ ਵਿੱਚ ਆਏ, ਇਹ ਮਾਨੂਪੁਰ ਮਲਕਪੁਰ ਅੱਗੇ ਸਾਡੇ ਨਗਰਾਂ 'ਚ ਲੰਘਦੇ ਨੇ, ਫਿਰ 10ਵੇਂ ਪਾਤਸ਼ਾਹ ਮਹਾਰਾਜ ਜੀ ਅਜਨੇਰ ਤੱਕ ਜਾਂਦੇ ਨੇ। ਉਹ 2 ਮਿੰਟ ਗਾਥਾ ਕਹਿਣੀ ਆ। ਆ ਹੈਡੋ ਪਿੰਡ ਦਾ ਵੀ ਯੋਗਦਾਨ ਆ ਇਹਦੇ ਵਿੱਚ, ਵੀ ਕੌਣ ਕੌਣ ਹੈ ਜਿਨ੍ਹਾਂ ਨੇ ਮਹਾਰਾਜ ਦੀ ਸੇਵਾ ਕੀਤੀ ਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ, ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ। ਜਿੱਥੇ ਮਹਾਰਾਜ ਜੀ ਜਾ ਕੇ ਬਹਿ ਗਏ, ਉਹ ਰੋੜੀਆਂ ਰੋੜੀਆਂ ਥੋੜੀ ਰਹਿ ਗਈਆਂ, ਉਹ ਤਾਂ ਰੋੜੀ ਸਾਹਿਬ ਬਣ ਗਈਆਂ। ਕਾਰਨ ਕੀ ਆ? 6ਵੇਂ ਪਾਤਸ਼ਾਹ ਮਹਾਰਾਜ ਜੀ ਜੱਸੜਾਂ ਦੀ ਢਾਬ ਤੇ ਆਏ, ਬੰਜਰ ਵੀ ਆ ਬਾਣ ਸੀ, ਡਡਹੇੜੀ ਤੇ ਜੱਸੜਾਂ ਦੇ ਵਿਚਕਾਰ ਜਿਵੇਂ ਲਾਗ ਛੱਪੜੀ ਆ, ਛੱਪੜੀ ਸੀ ਉਹਨੂੰ ਆਖਿਆ ਜਾਂਦਾ ਢਾਬ। ਉੱਥੇ ਜਾਨਕੀ ਪ੍ਰਸ਼ਾਦ, ਜਾਨਕੀ ਦਾਸ ਜਿਹੜਾ ਲਹਾਰ, ਧਿਆਨ ਦਿਓ ਤਰਖਾਣ ਬਰਾਦਰੀ ਦੇ ਵਿੱਚੋਂ ਗੋਬਿੰਦਗੜ੍ਹ ਵਾਲਾ, ਮਹਾਰਾਜ ਦੇ ਚਰਨੀ ਹਾਜ਼ਰ ਹੋਇਆ ਹਥਿਆਰ ਲੈ ਕੇ। ਮਹਾਰਾਜ ਕਹਿੰਦੇ ਮਿਸਤਰੀ ਲੱਗਣਾ ਕਿ ਮਹਾਰਾਜ? ਹਾਂ ਮਹਾਰਾਜ। ਕਹਿੰਦੇ ਫਿਰ ਸਾਡੇ ਲਈ ਕੋਈ ਹਥਿਆਰ ਬਣਾ। ਕਹਿੰਦਾ ਮਹਾਰਾਜ ਹਥਿਆਰ ਕਾਹਦਾ ਬਣਾਵਾਂ, ਲੋਹੇ ਦੀ ਬੜੀ ਘਾਟ ਆ। ਮਹਾਰਾਜ ਕਹਿੰਦੇ ਤੂੰ ਐਂ ਕਰ, ਸਾਡੇ ਸਿੰਘਾਂ ਲਈ ਤੇ ਸਾਡੇ ਲਈ, ਸਿੱਖਾਂ ਲਈ ਹਥਿਆਰ ਬਣਾ ਸਾਡੇ ਲਈ, ਫਿਰ ਦੇਖਦੇ ਹਾਂ ਕੀ ਬਣਦਾ। ਸਰਹੰਦ ਦੇ ਬੇਲੀ ਰਾਮ ਨੇ ਆਖਿਆ, ਕਹਿੰਦਾ ਲੋਹਾ ਜਿੰਨਾ ਚਾਹੀਦਾ ਮੈਂ ਦਊਂ, ਤੂੰ ਬਣਾ ਹਥਿਆਰ। ਉਸੇ ਵੇਲੇ ਕਾਰੀਗਰ ਮੰਗਾਏ ਗਏ। ਧਿਆਨ ਦਿਓ ਮੈਂ 5 ਮਿੰਟ ਲਾਉਣੇ ਆਪਣੇ ਇਲਾਕੇ ਦੀ ਗਾਥਾ। ਆ ਨਾਲੇ ਪਿੰਡ ਅਜਨੇਰ, ਇੱਥੋਂ 5-7-10 ਕਿਲੋਮੀਟਰ ਮਸਾਂ ਹੋਵੇਗਾ। ਉਹਨਾਂ ਲਹਾਰ ਮਾਜਰੇ ਤੋਂ ਮਨਸਾ, ਹੀਰਾ, ਬਿਸ਼ਨਾ, ਇਹ 3 ਕਾਰੀਗਰ ਲਹਾਰ ਮਾਜਰੇ ਤੋਂ ਬੁਲਾਏ ਗਏ। ਭਾਦਲੇ ਤੋਂ ਸੱਦਿਆ ਗਿਆ ਜਗਤਾ ਲਹਾਰ, ਨਿਊਆਂ ਤੋਂ ਸੱਦਿਆ ਗਿਆ, ਆਪਣੇ ਪਿੰਡ ਨੇ ਇਹ, ਨਿਊਆਂ ਤੋਂ ਸੱਦਿਆ ਗਿਆ ਰੌਣਕੀ ਰਾਮ ਨੂੰ, ਨਸਰਾਲੀ ਤੋਂ ਭਾਈ ਜੀਵਾ ਤੇ ਖੰਨੇ ਤੋਂ ਭਾਈ ਚਰਨਜੀਤ। ਉਹਨੇ ਫਿਰ ਮਹਾਰਾਜ ਨੇ ਆਖਿਆ ਸੀ, ਭਾਈ ਸਾਡੇ ਲਈ ਤੂੰ 11 ਸੇਰ ਦਾ ਖੰਡਾ ਬਣਾ ਜਿਹਦਾ 10 ਕਿਲੋ 56 ਗ੍ਰਾਮ ਵਜਨ ਬਣਦਾ, ਤੇ ਮਹਾਰਾਜ ਨੇ ਆਖਿਆ 5 ਗਿਰਾ ਚੌੜਾ।